ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ 7 ਦਿਨਾਂ ਦੀ ਪਾਲਸਰ ਮੰਡ ਤੇ ਭੇਜਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਤਾਂ ਦੋਸਤੋ ਲੁਧਿਆਣਾ ਕੋਰਟ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ 7 ਦਿਨਾਂ ਦੇ ਲਈ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਦੱਸ ਦਈਏ ਕਿ ਅਮਰਤਸਰ ਦੇ ਸਤਵੀਰ ਸਿੰਘ ਦੇ ਖਿਲਾਫ ਥਾਣਾ ਸਲੇਮ ਟਾਬਰੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਇਸੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਕ੍ਰਾਈਮ ਬ੍ਰਾਂਚ ਨੇ ਜੱਗੂ ਭਗਵਾਨਪੁਰੀਏ ਨੂੰ ਬਟਾਲਾ ਤੋਂ ਲਿਆ ਕੇ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਨੇ ਉਸ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਜੇਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਬਟਾਲਾ ਸਿਵਲ ਕੋਰਟ ਦੇ ਵਿੱਚ ਸਖਤ ਸੁਰੱਖਿਆ ਦੇ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ ਸੀ ਅਦਾਲਤ ਨੇ ਸ੍ਰੀ ਗੁਰੂ ਹਰਗੋਬਿੰਦਪੁਰ ਪੁਲਿਸ ਨੂੰ ਜੱਗੂ ਭਗਵਾਨਪੁਰੀਏ ਦਾ 10 ਅਕਤੂਬਰ ਤੱਕ 8 ਦਿਨਾਂ ਦਾ ਰਿਮਾਂਡ ਦਿੱਤਾ ਸੀ ਜੱਗੂ ਦੇ ਵਕੀਲ ਐਚ ਐਸ ਜੰਜੂਏ ਨੇ ਦੱਸਿਆ ਕਿ 79/22307 ਐਫ ਆਈ ਆਰ ਦੇ ਵਿੱਚ ਸਕਾਇਤ ਕਰਤਾ ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕਾਉਂਸਲ ਸ੍ਰੀ ਹਰਗੋਬਿੰਦਪੁਰ ਕੇਸ ਦੇ ਵਿੱਚ ਸ੍ਰੀ ਹਰਗੋਬਿੰਦ ਪੁਲਸ ਨੇ ਜੱਗੂ ਨੂੰ ਸਿਵਲ ਕੋਰਟ ਬਟਾਲਾ ਵਿਖੇ ਟਰਾਂਜ਼ਿਟ ਰਿਮਾਂਡ ਦੇ ਵਿੱਚ ਪੇਸ਼ ਕੀਤਾ ਸੀ ਉਧਰ ਦੂਜੇ ਪਾਸੇ ਸ੍ਰੀ ਗੁਰੂ ਹਰਗੋਬਿੰਦਪੁਰ ਨਗਰ ਕਾਉਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਦਾ ਕਹਿਣਾ ਕਿ 5 ਜੂਨ 2022 ਦੀ ਸ਼ਾਮ ਨੂੰ ਉਹਨਾਂ ਦੇ ਉੱਪਰ ਜਾਣ ਲੇਵਾ ਹਮਲਾ ਕੀਤਾ ਗਿਆ ਸੀ ਅਗਲੀ ਖਬਰ ਹੈ ਬਾਰਸ਼ ਨੇ ਤੋੜੇ ਸਾਰੇ ਰਿਕਾਰਡ 2007 ਦੇ ਮਗਰੋਂ ਪਿਆਗਾ ਇੰਨਾ ਮੀਂਹ ਕਾ ਦੋਸਤੋ ਤੁਹਾਨੂੰ ਦੱਸਿਏ ਕਿ ਬਾਰਸ਼ ਨੇ 2007 ਦਾ ਰਿਕਾਰਡ ਤੋੜ ਦਿੱਤਾ ਹੈ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਅੱਜ ਸਵੇਰ ਤੱਕ 2007 ਤੋਂ ਬਾਅਦ ਦੂਜੀ ਵਾਰ ਸਭ ਤੋਂ ਵੱਧ ਬਾਰਸ਼ ਹੋਈ ਹੈ IMD ਦੇ ਅਨੁਸਾਰ ਸਵੇਰੇ ਅੱਜ ਤੱਕ ਪਏ 74 ਮਿਲੀਮੀਟਰ ਮੀਂਹ ਦੇ ਕਾਰਨ ਪਿਛਲੇ 24 ਘੰਟਿਆਂ ਤੋਂ ਹੋ ਰਹੀ ਲਗਾਤਾਰ بارش ਦੇ ਕਰਕੇ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਦੇ ਵਿੱਚ ਗ੍ਰਾਫਟ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਦਿਨ ਰਾਤ ਦੇ ਤਾਪਮਾਨ ਦਾ ਅੰਤਰ ਰਿਕਾਰਡ ਹੇਠਲੇ ਪੱਧਰ ਤੇ ਪੁੱਜ ਗਿਆ ਹੈ ਤੁਹਾਨੂੰ ਦੱਸਿਏ ਕਿ ਪੰਜਾਬ ਦੇ ਲਗਭਗ 17 ਤੋਂ 18 ਜ਼ਿਲ੍ਹਿਆਂ ਦੇ ਵਿੱਚ ਅੱਜ ਸ਼ਾਮ ਤੱਕ ਭਾਰੀ ਮੀਂਹ ਦਸਿਆ ਹੋਇਆਗਾ ਅਗਲੀ ਖਬਰ ਹੈ ਭਾਰਤ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਖਤਰਾ ਚੌਥੀ ਵਾਰ ਕੀਤਾ ਜੈਲੋ ਅਲਰਟ ਜਾਰੀ ਤਾਂ ਦੋਸਤੋ ਭਾਰਤ ਵਿੱਚ ਆਪਣੇ ਨਾਗਰਿਕਾਂ ਨੂੰ ਲੈ ਕੇ ਅਮਰੀਕਾ ਫਿਕਰਮੰਦ ਹੈ ਇਸ ਦੇ ਲਈ ਬਾਰ ਬਾਰ ਚੇਤਾਵਨੀਆਂ ਜਾਰੀ ਕਰ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ ਨੇ 28 ਮਾਰਚ ਤੋਂ ਹੁਣ ਤੱਕ ਭਾਰਤ ਯਾਤਰਾ ਦੇ ਲਈ ਚਾਰ ਵਾਰ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਹਰ ਵਾਰ ਭਾਰਤ ਨੂੰ ਲੈਵਲ 2 ਵਰਗ ਦੇ ਵਿੱਚ ਰੱਖਿਆਗਾ ਦੱਸਣਯੋਗ ਹੈ ਕਿ ਅਮਰੀਕਾ ਲੈਵਲ 2 ਦੇ ਵਿੱਚ ਆਉਂਦੇ ਮੁਲਕਾਂ ਵਿੱਚ ਜਾਣ ਦੇ ਇੱਛੁਕ ਅਤੇ ਯੋਜਨਾ ਬਣਾਈ ਬੈਠੇ ਆਪਣੇ ਨਾਗਰਿਕਾਂ ਨੂੰ ਵਿਦੇਸ਼ੀ ਚੌਕਸ ਰਹਿਣ ਦੀ ਸਲਾਹ ਦਿੰਦਾ ਹੈ। ਅਗਲੀ ਖਬਰ ਹੈ, ਕ੍ਰੀਮੀਆ ਪੁਲਤੇ ਹਮਲੇ ਤੋਂ ਬਾਅਦ ਰੂਸ ਨੇ ਯੂਕਰੇਨ ਤੇ ਦੱਗੀਆਂ 75 ਮਝੈਲਾਂ ਖੂਫੀਆ ਏਜੰਸੀ ਦੇ ਹੈੱਡਕੁਆਰਟਰ ਨੂੰ ਵੀ ਬਣਾਇਆ ਨਿਸ਼ਾਨਾ। ਤਾਂ ਦੋਸਤੋ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਪ੍ਰਾਇਦੀਪ ਦੇ ਵਿੱਚ ਇੱਕ ਪੁਲਤੇ ਹੋਏ ਤਮਾਕੇ ਤੋਂ ਬਾਅਦ ਰੂਸ ਬੇहद ਹਮਲਾਵਰ ਹੋ ਗਿਆ ਹੈ ਰੂਸ ਨੇ ਯੂਕਰੇਨ ਦੇ ਕਈ ਰਹਿਸੀ ਇਲਾਕਿਆਂ ਵਿੱਚ ਮਝੈਲਾਂ ਦੇ ਹਮਲੇ ਕੀਤੇ ਨੇ ਰੂਸੀ ਹਮਲਿਆਂ ਨੂੰ ਕਾਰਪੇਟ ਬੰਬਿੰਗ ਕਿਹਾ ਜਾ ਰਿਹਾ ਹੈ ਯੂਕਰੇਨ ਦੀ ਖੂਫੀਆ ਏਜੰਸੀ ਐਸਵੀ ਐਸਵੀਯੂ ਦੇ ਹੈੱਡਕੁਆਰਟਰ ਨੂੰ ਵੀ ਰੂਸ ਵੱਲੋਂ ਨਿਸ਼ਾਨਾ ਬਣਾਈ ਜਾਣ ਦੀ ਖਬਰ ਮਿਲੀ ਹੈ ਇਸ ਲਈ 8 ਮਹੀਨਿਆਂ ਦੇ ਵਿੱਚ ਰੂਸ ਨੇ ਜ਼ਿਆਦਾਤਰ ਯੂਕਰੇਨ ਦੇ ਫੌਜੀ ਟਿਕਾਣਿਆਂ ਤੇ ਰਣਨੀਤਿਕ ਟਿਕਾਣਿਆਂ ਤੇ ਹਮਲੇ ਕੀਤੇ ਨੇ ਪਰ ਕਰ ਚ ਬ੍ਰਿਜ ਧਮਾਕੇ ਤੋਂ ਬਾਅਦ ਯੂਕਰੇਨ ਦੇ ਰਹੇਸੀ ਇਲਾਕਿਆਂ ਨੂੰ ਵੀ ਨਸਾਨਾ ਬਣਾਇਆ ਜਾ ਰਿਹਾ ਹੈ। ਕ੍ਰੀਮੀਆ ਪੁਲ ਦੇ ਧਮਾਕੇ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਪੁਤਨ ਨੇ ਯੂਕਰੇਨ ਦੇ ਖਿਲਾਫ ਵਿਸ਼ੇਸ਼ ਫੌਜੀ ਕਾਰਵਾਈ ਦੇ ਸੰਯੁਕਤ ਸਮੂਹ ਦੀ ਕਮਾਂਡ ਨਵੇਂ ਜਰਨਲ ਸਰਗੇਈ ਸਰਵਿਕਨ ਨੂੰ ਸੌਂਪ ਦਿੱਤੀ ਹੈ। ਅਗਲੀ ਖਬਰ ਹੈ ਦੇਸ਼ ਦੀਆਂ ਤਿੰਨ ਵੱਡੀਆਂ ਕੰਪਨੀਆਂ ਨੇ ਜਾਰੀ ਕੀਤੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਣੋ ਕੀ ਨੇ ਰੇਟ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਤਿਹਾਰੀ ਸੀਜ਼ਨ ਦੇ ਕਰਕੇ ਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆ ਰਹੀ ਤੁਹਾਨੂੰ ਦੱਸਿਏ ਕਿ ਭਾਰਤ ਦੀਆਂ ਤਿੰਨ ਵੱਡੀਆਂ ਸਰਕਾਰੀ ਕੰਪਨੀਆਂ ਜਿਨ੍ਹਾਂ ਦੇ ਵਿੱਚ ਇੰਡੀਅਨ ਔਇਲ, ਬੀਪੀ, ਸੀਐਲ ਅਤੇ ਐਚਪੀਸੀਐਲ ਨੇ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕੀਤੀਆਂ ਨੇ ਇਹਨਾਂ ਦੇ ਵਿੱਚ ਕੋਈ ਵੀ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਅੱਜ ਨਰਮੀ ਆਈ ਹੈ ਅਤੇ ਲਗਾਤਾਰ ਚੜਨ ਤੋਂ ਬਾਅਦ ਅੱਜ ਇਹ ਥੋੜੇ ਹੇਠਲੇ ਪੱਧਰ ਤੇ ਪਹੁੰਚਿਆ ਬ੍ਰੈਟ ਕਰੂਡ 97.25 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ ਅਗਲੀ ਖਬਰ ਹੈ ਨਹੀਂ ਰਹੇ ਮੁਲਾਮ ਸਿੰਘ ਜਾਦਵ 82 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ ਤਾਂ ਦੋਸਤੋ ਤਿੰਨ ਵਾਰ ਜੁਪੀ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਲੇਮ ਸਿੰਘ ਜਾਦਵ ਦਾ ਦਿਹਾਂਤ ਹੋ ਗਿਆ ਹੈ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਦਿਹਾਂਤ ਕਸਵੇਰੇ ਮੈਦੰਤਾ ਹਸਪਤਾਲ ਦੇ ਵਿੱਚ 82 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਖਰੀ ਸਾਂ ਲਿਆ ਮਲੇਮ ਸਿੰਘ ਜਾਦਵ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਹਨਾਂ ਨੂੰ ਗੁਰੂਗ੍ਰਾਮ ਦੇ ਮੈਦੰਤਾ ਹਸਪਤਾਲ ਦੇ ਆਈਸੀਯੂ ਦੇ ਵਿੱਚ ਰੱਖਿਆ ਹੋਇਆ ਸੀ ਅਗਲੀ ਖਬਰ ਹੈ ਤਿਹਾਰਾਂ ਦੇ ਸੀਜ਼ਨ ਵਿੱਚ ਸੋਨਾ ਹੋਇਆ ਬੇਹੱਦ ਸਸਤਾ ਚਾਂਦੀ 1500 ਰੁਪਏ ਤੋਂ ਹੇਠਾਂ ਡਿੱਗੀ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਦੇਸ਼ ਦੇ ਸਰਾਫਾ ਬਾਜ਼ਾਰ ਦੇ ਵਿੱਚ ਅੱਜ ਸੋਨੇ ਦੇ ਭਾਅ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ ਤੇ ਚਾਂਦੀ ਕਰੀਬ 1500 ਰੁਪਏ ਹੇਠਾਂ ਡਿੱਗੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 24 ਕੈਰਟ ਸੁੱਧ ਸੋਨਾ 570 ਰੁਪਏ ਡਿੱਗ ਕੇ 51390 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ ਅਗਲੀ ਖਬਰ ਹੈ ਮਲੇਮ ਸਿੰਘ ਜਾਦਵ ਕਰੋੜਾਂ ਦੀ ਜਾਇਦਾਦ ਦੇ ਸਨ ਮਾਲਕ ਪਿੱਛੇ ਛੱਡ ਗਏ ਏਨੀ ਦੌਲਤ ਤਾਂ ਦੋਸਤੋ ਤੁਹਾਨੂੰ ਦੱਸਿਓ ਕਿ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਰੱਖਿਆ ਮੰਤਰੀ ਮਲੇਮ ਸਿੰਘ ਜਾਦਵ ਮਰਨ ਤੋਂ ਬਾਅਦ ਕਰੋੜਾਂ ਦੀ ਜਾਇਦਾਦ ਪਿੱਛੇ ਛੱਡ ਗਏ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਲ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਮਲੇਮ ਸਿੰਘ ਜਾਦਵ ਵੱਲੋਂ ਦਾਇਰ ਹਲਫਨਾਮੇ ਵਿੱਚ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਗਈ ਸੀ ਜਿੱਥੇ ਉਹਨਾਂ ਦੀ ਜਾਇਦਾਦ ਤਕਰੀਬ 16.5 ਕਰੋੜ ਰੁਪਏ ਦੀ ਦੱਸੀ ਸੀ ਅਗਲੀ ਖਬਰ ਹੈ ਹਾਈਵੇ ਦੀ ਮੁਰੰਮਤ ਤੇ ਰੱਖ-ਰਖਾਤ ਤੇ ਖਰਚਾ ਵਧੇਗਾ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਸਰਕਾਰ ਨੇ ਚੁੱਕੇ ਕਦਮਾਂ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਮਤਰਾਲੇ ਨੇ 2 ਖਰਬ ਰੁਪਏ ਦੇ ਬਜਟ ਵਿੱਚ NHAI ਦਾ ਹਿੱਸਾ ਲਗਭਗ 1.2 ਖਰਬ ਰੁਪਏ ਹੈ ਜਦੋਂ ਕਿ ਰੱਖ-ਰਖਾਅ ਅਤੇ ਮੁਰੰਮਤ ਤੇ ਸਿਰਫ 7000 ਕਰੋੜ ਰੁਪਏ ਖਰਚੇ ਜਾਂਦੇ ਨੇ ਜੇਕਰ ਕੁੱਲ ਬਜਟ ਦਾ 10% ਇਸ ਮੱਦਦ ਦੇ ਵਿੱਚ ਖਰਚ ਕੀਤਾ ਜਾਵੇ ਤਾਂ ਹਾਈਵੇ ਦੀ ਮੁਰੰਮਤ ਅਤੇ ਰੱਖ-ਰਖਾਅ ਦੇ ਲਈ ਕਰੀਬ 20000 ਕਰੋੜ ਰੁਪਏ ਉਪਲਬਧ ਹੋਣਗੇ ਬਹੁਤ ਸਾਰੇ ਦੇਸ਼ ਆਪਣੀਆਂ ਸੜਕਾਂ ਦੀ ਮੁਰੰਮਤ ਅਤੇ ਰੱਖ-ਰਖਾਅ ਵੱਲ ਸਭ ਤੋਂ ਵੱਧ ਧਿਆਨ ਦਿੰਦੇ ਨੇ ਇਸੇ ਲਈ ਬਜਟ ਦਾ 40 ਤੋਂ 50 ਤੇ ਸਤੇ ਹਿੱਸਾ ਉੱਥੇ ਖਰਚ ਹੁੰਦਾਗਾ ਅਗਲੀ ਖਬਰ ਹੈ ਅਕਾਲੀ ਆਗੂ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਸਕੇ ਭਰਾਵਾਂ ਦੇ ਫਰਜੀ ਇਨਕਾਊਂਟਰ ਮਾਮਲੇ ਵਿੱਚ 8 ਸਾਲ ਬਾਅਦ ਆਇਆ ਫੈਸਲਾ ਤਾਂ ਦੋਸਤੋ ਜਮਾਲਪੁਰ ਫਰਜੀ ਇਨਕਾਊਂਟਰ ਮਾਮਲੇ ਦੇ ਵਿੱਚ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਤੋਂ ਇਲਾਵਾ ਉਨਾਂ ਨੂੰ 1 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਨੇ ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮੁਆਵਜ਼ੇ ਦੀ ਰਕਮ ਵਧਾਉਣ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਮਲਜਮਾਂ ਦੀ ਪਛਾਣ ਗੁਰਜੀਤ ਸਿੰਘ, ਜਦਵਿੰਦਰ ਸਿੰਘ, ਅਜੀਤ ਸਿੰਘ ਵਜੋਂ ਹੋਈ ਹੈ ਦੱਸ ਦਈਏ ਕਿ 8 ਸਾਲ ਪਹਿਲਾਂ ਸਤੰਬਰ 2014 ਦੇ ਵਿੱਚ ਜਮਾਲਪੁਰ ਦੀ ਆਲੂ ਵਾਲੀਆ ਕਲੋਨੀ ਇਲਾਕੇ ਵਿੱਚ ਪੁਲਿਸ ਨੇ ਫਰਜੀ ਮੁਕਾਬਲਾ ਕੀਤਾ ਸੀ ਜਿਸ ਵਿੱਚ ਦੋ ਸਕੇ ਭਰਾ ਪੋਏਪੁਰ ਪਿੰਡ ਪੋਏਪੁਰ ਨਿਵਾਸੀ ਜਤਿੰਦਰ ਸਿੰਘ ਅਤੇ ਹਰਿੰਦਰ ਸਿੰਘ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਮਾਲਪੁਰ ਦੀ ਇੱਕ ਕੋਠੀ ਵਿੱਚ ਹੋਏ ਫਰਜੀ ਇਨਕਾਊਂਟਰ ਮਾਮਲੇ ਵਿੱਚ ਅਦਾਲਤ ਨੇ 8 ਸਾਲ ਬਾਅਦ ਇੱਕ ਪੁਲਿਸ ਮੁਲਾਜ਼ਮ, ਹੋਮਗਾਰਡ ਅਤੇ ਇੱਕ ਅਕਾਲੀ ਆਗੂ ਨੂੰ ਦੋਸ਼ੀ ਕਰਾਰ ਦਿੱਤਾਗਾ। ਅਗਲੀ ਖਬਰ ਹੈ ਹੁਣ 파ਵਰ ਕੱਟ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ SMS ਰਾਹੀਂ ਮਿਲੇਗੀ ਸੂਚਨਾ ਪੀਐਸ ਪੀਸੀਐਲ ਨੇ ਇਸ ਸ਼ਹਿਰ ਦੇ ਵਿੱਚ ਸ਼ੁਰੂ ਕੀਤੀ ਸਹੂਲਤ ਤਾਂ ਦੋਸਤੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਿਜਲੀ ਬੰਦ ਹੋਣ ਤੇ ਹਰੇਕ ਵਿਅਕਤੀ ਨੂੰ SMS ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਤੇ ਇਹ ਵੀ ਦੱਸਿਆ ਜਾਵੇਗਾ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਬਿਜਲੀ ਬੰਦ ਰਹੇਗੀ ਅਗਲੀ ਖਬਰ ਹੈ ਔਰਤਾਂ ਦੀ ਮੁਫਤ ਯਾਤਰਾ ਪਈ ਭਾਰੀ ਰੋਡ ਟੈਕਸ ਨਹੀਂ ਦੇ ਸਕੀਆਂ ਰੋਡਵੇਜ ਦੀਆਂ 150 ਬੱਸਾਂ ਰੂਟ ਕੀਤੇ ਬੰਦ ਤਾ ਦੋਸਤੋ ਔਰਤਾਂ ਲਈ ਮੁਫਤ ਯਾਤਰਾ ਦੀ ਯੋਜਨਾ ਹੁਣ ਪੰਜਾਬ ਰੋਡਵੇਜ਼ ਤੇ ਭਾਰੀ ਪੈ ਰਹੀ ਹੈ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਰੋਡਵੇਜ਼ ਆਪਣੀਆਂ 150 ਬੱਸਾਂ ਚਲਾਉਣ ਤੋਂ ਅਸਮਰੱਥ ਹੋ ਕੇ ਰਹਿ ਗਈ ਹੈ ਰੋਡਵੇਜ਼ ਦੇ 18 ਡੀਪੂਆਂ ਦੀਆਂ ਲਗਭਗ 150 ਬੱਸਾਂ ਦੀ ਪਾਸਿੰਗ ਨਹੀਂ ਹੋ ਸਕੀ ਜਿਸ ਕਾਰਨ ਬੱਸਾਂ ਦਾ ਰੂਟ ਬੰਦ ਹੋ ਗਿਆ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਰੋਡਵੇਜ਼ ਦੇ ਮੁਕਸਰ ਡੀਪੂ ਦੀਆਂ ਲਗਭਗ 40 ਮੋਗਾ ਡੀਪੂ ਦੀਆਂ 20 ਪੱਟੀ ਡੀਪੂ ਦੀਆਂ 23 ਫਿਰੋਜ਼ਪੁਰ ਡੀਪੂ ਦੀਆਂ 15 ਲੁਧਿਆਣਾ ਦੀਪੂ ਦੀਆਂ 20, ਵਟਾਲਾ ਦੀਆਂ 12, ਅੰਮ੍ਰਿਤਸਰ ਦੀ ਇੱਕ ਦੀਪੂ ਦੀਆਂ ਦੋ, ਜਲੰਧਰ ਦੀ ਇੱਕ ਅਤੇ ਜਲੰਧਰ 2 ਦੀਆਂ ਦੋ ਤੇ ਜਗਰਾਉਂ ਦੀਪੂ ਦੀਆਂ ਤਿੰਨ ਬੱਸਾਂ ਟੈਕਸ ਅਦਾਗੀ ਨਹੀਂ ਹੋ ਸਕੀ ਜਿਸ ਕਾਰਨ ਇਹਨਾਂ ਦੇ ਰੂਟ ਬੰਦ ਕਰਨੇ ਪਏ ਨੇ। ਅਗਲੀ ਖਬਰ ਹੈ ਜਰਮਨੀ ਨੇ ਭਾਰਤੀਆਂ ਲਈ ਵੀਜ਼ਾ ਸੰਬੰਧੀ ਦਿੱਤੀ ਵੱਡੀ ਰਾਹਤ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ। ਤਾਂ ਦੋਸਤੋ ਜਰਮਨੀ ਤੋਂ ਭਾਰਤੀਆਂ ਲਈ ਚੰਗੀ ਖਬਰ ਹੈ। ਮੁੰਬਈ ਦੇ ਵਿੱਚ ਜਰਮਨ ਕੌਂਸਲੈਂਟ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਫੀਸ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਜਲਦੀ ਹੀ ਉਪਲਬਧ ਹੋਣਗੀਆਂ। ਇਸ ਬਦਲਾਅ ਦੇ ਨਾਲ ਭਾਰਤੀਆਂ ਲਈ ਸੈਗਨ ਵੀਜ਼ਾ, ਰਾਸ਼ਟਰੀ ਵੀਜ਼ਾ ਫੀਸ ਘਟਾ ਦਿੱਤੀ ਹੈ। ਜਰਮਨੀ ਦੇ ਵੀਜ਼ੇ ਦੀ ਮਿਆਦ ਅਤੇ ਠਹਿਰਨ ਦੇ ਉਦੇਸ਼ ਦੇ ਆਧਾਰ 'ਤੇ ਜਾਰੀ ਕੀਤੇ ਨੇ। ਥੋੜੇ ਸਮੇਂ ਦੇ ਵਿੱਚ ਸੈਗਨ ਵੀਜ਼ਾ 90 ਦਿਨਾਂ ਤੱਕ ਠਹਿਰਨ ਦੇ ਲਈ ਲਾਗੂ ਹੁੰਦਾਗਾ। ਅਗਲੀ ਖਬਰ ਹੈ, ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਗੈਂਗਸਟਰ ਮੰਨੇ ਤੋਂ ਜੇਲ੍ਹ ਦੇ ਵਿੱਚ ਮਿਲਿਆ ਮੋਬਾਈਲ ਕਰਨ ਲੱਗਿਆ ਸੀ ਇਹ ਕਾਰਾ ਤਾਂ ਦੋਸਤੋ ਡੀਆਈਜੀ ਫਿਰੋਜ਼ਪੁਰ ਸਰਕਲ ਤੇਜਿੰਦਰ ਸਿੰਘ ਮੋੜ ਅਤੇ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਦੇ ਦੇਸਾ ਨਿਰਦੇਸ਼ਾਂ ਮੁਤਾਬਕ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਚਲਾਈ ਗਈ ਤਲਾਸ਼ੀ ਦੇ ਮਹਿੰਮ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਗੈਂਗਸਟਰ ਹਵਾਲਾਤੀ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕੋਲੋਂ ਮੋਬਾਈਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸ ਦਈਏ ਕਿ ਸਹਾਇਕ ਸੁਪਰਡੈਂਟ ਨਿਰਮਲ ਸਿੰਘ ਅਤੇ ਗੁਰਤੇਜ ਸਿੰਘ ਦੀ ਅਗਵਾਈ ਵਿੱਚ ਤਲਾਸ਼ੀ ਦੇ ਦੌਰਾਨ ਹਵਾ ਲਾਤੀਆਂ ਕੋਲੋਂ 13 ਮੋਬਾਈਲ ਬਰਾਮਦ ਹੋਏ ਨੇ ਜਿਸ ਵਿੱਚ ਗੈਂਗਸਟਰ ਮਨਪ੍ਰੀਤ ਮੰਨੇ ਦਾ ਨਾਮ ਵੀ ਸਾਹਮਲਾ ਹੈ ਅਗਲੀ ਖਬਰ ਹੈ ਸਹਿਨਾਜ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਧਮਕੀ ਦੇਣ ਵਾਲਾ ਨਿਕਲਿਆ ਪੁਰਾਣਾ ਗੰਨਮੈਨ ਪੁਲਿਸ ਵੱਲੋਂ ਭਾਲ ਜਾਰੀ ਤਾਂ ਦੋਸਤੋ ਸਭ ਤੋਂ ਵੱਧ ਵਿਵਾਦ ਵਿਵਾਦ ਸੋ ਬਿੱਗ ਬਾਸ ਫੇਮਸ ਸਹਿਨਾਜ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਪਿਛਲੇ ਕਈ ਦਿਨਾਂ ਤੋਂ ਇੱਕ ਅਣਪਛਾਤੇ ਮੋਬਾਈਲ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਣਪਛਾਤੇ ਵਿਅਕਤੀ ਨੇ ਉਹਨਾਂ ਨੂੰ ਦੀਵਾਲੀ ਤੋਂ ਪਹਿਲਾਂ ਮਾਰਨ ਦੀ ਧਮਕੀ ਦਿੱਤੀ ਸੀ ਸੰਤੋਖ ਸਿੰਘ ਨੇ ਇਹ ਧਮਕੀ ਉਦੋਂ ਮਿਲੀ ਜਦੋਂ ਵਿਅਸਤੋ ਤਰਨ ਤਰਨ ਜਾ ਰਹੇ ਸੀ ਧਮਕੀ ਭਰੇ ਫੋਨ ਕਾਲ ਤੋਂ ਬਾਅਦ ਸੰਤੋਖ ਸਿੰਘ ਨੇ ਪੁਲਿਸ ਸਕੋਲ ਸ਼ਿਕਾਇਤ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਾ ਹੋਈ ਤਾਂ ਉਹ ਪੰਜਾਬ ਛੱਡ ਕੇ ਚਲੇ ਜਾਣਗੇ ਹੁਣ ਖਬਰ ਇਹ ਆਈ ਹੈ ਕਿ ਸੰਤੋਖ ਸਿੰਘ ਨੂੰ ਧਮਕੀਆਂ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਉਹਨਾਂ ਦਾ ਪੁਰਾਣਾ ਗਨਮੈਨ ਹੀ ਨਿਕਲਿਆਗਾ ਜਾਣਕਾਰੀ ਦੇ ਮੁਤਾਬਕ ਪੁਲਿਸ ਵੱਲੋਂ ਉਸ ਦੀ ਭਾਲ ਵੀ ਕੀਤੀ ਜਾ ਰਹੀ ਹੈ ਅਗਲੀ ਖਬਰ ਹੈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਲਾਸ ਪਿੰਡ ਪਹੁੰਚਣ ਤੇ ਫੈਲੀ ਸੋਗ ਦੀ ਲਹਿਰ ਤਾਂ ਦੋਸਤੋ ਆਸਟ੍ਰੇਲੀਆ ਦੇ ਵਿੱਚ ਵਧੀਆ ਭਵਿੱਖ ਦੀ ਭਾਲ ਵਿੱਚ ਗਏ ਪਿੰਡ ਰੁੜਕੀ ਦੇ ਨੌਜਵਾਨ ਮਨਜੀਤ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਪਿੰਡ ਰੁੜਕੀ ਦੀ ਬੀਤੇ ਦਿਨੀ ਆਸਟ੍ਰੇਲੀਆ ਦੇ ਮੈਲਵਾਰਨ ਨੇੜੇ ਇੱਕ ਸ਼ਹਿਰ ਦੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ 700 ਤੋਂ ਵੱਧ ਆਏ ਮਾਮਲੇ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪੰਜਾਬ ਦੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ 700 ਮਾਮਲੇ ਦਰਜ ਕੀਤੇ ਗਏ ਨੇ ਉਧਰ ਸੂਬਾ ਅਥਾਰਟੀ ਪਰਾਲੀ ਸਾੜਨ ਦੇ ਰੁਝਾਣ ਨੂੰ ਰੋਕਣ ਦੇ ਲਈ ਕਈ ਵੱਡੇ ਕਦਮ ਚੁੱਕ ਰਹੀ ਹੈ ਲੁਧਿਆਣਾ ਦੇ ਆਧਾਰਿਤ ਪੰਜਾਬ ਰਿਮੋਟ ਸੈਂਸਿੰਗ ਕੇਂਦਰ ਤੋਂ ਪ੍ਰਾਪਤ ਡਾਟਾ ਦੇ ਅਨੁਸਾਰ ਸੂਬੇ ਦੇ ਵਿੱਚ ਅੱਜ ਤੱਕ ਪਰਾਲੀ ਸਾੜਨ ਦੇ 4 ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 2 ਅੰਮ੍ਰਿਤਸਰ ਤੇ ਇੱਕ ਇੱਕ ਲੁਧਿਆਣਾ ਕਪੂਰਥਲਾ ਦੇ ਵਿੱਚ ਦਰਜ ਕੀਤੇ ਗਏ ਨੇ ਡੇਟੇ ਦੇ ਅਨੁਸਾਰ 15 ਅਕਤੂਬਰ ਤੋਂ ਅੱਜ ਤੱਕ ਖੇਤਾਂ ਵਿੱਚ ਅੱਗ ਲਾਉਣ ਦੇ 718 ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਅਗਲੀ ਖਬਰ ਹੈ ਪੇਟੀਐਮ ਦੀ ਕਰਜ਼ਾ ਮੰਡਣ ਦੀ ਸਾਲਾਨਾ ਦਰ ਸਤੰਬਰ ਚ 34000 ਕਰੋੜ ਰੁਪਏ ਹੋਈ ਤਾਂ ਦੋਸਤੋ ਡਿਜੀਟਲ ਵਿੱਤੀ ਸੇਵਾਵਾਂ ਕੰਪਨੀ 197 ਕਮਿਊਨੀਕੇਸ਼ਨ ਨੇ ਦੱਸਿਆ ਕਿ ਉਸਦੀ ਕਰਜ਼ਾ ਵੰਡਣ ਦੀ ਸਾਲਾਨਾ ਦਰ ਸਤੰਬਰ ਦੇ ਵਿੱਚ 17% ਵੱਧ ਕੇ 34000 ਕਰੋੜ ਰੁਪਏ ਹੋ ਗਈ ਹੈ ਅਗਲੀ ਖਬਰ ਹੈ ਟਰਾਂਸਪੋਰਟ ਵਿਭਾਗ ਦੀ ਕਮਾਈ ਦੇ ਵਿੱਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਵਾਧਾ ਦਰਜ ਲਾਲਜੀਤ ਸਿੰਘ ਭੁੱਲਰ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਆਪਣੇ ਪਹਿਲੇ 6 ਮਹੀਨਿਆਂ ਦੇ ਵਿੱਚ 608.21 ਕਰੋੜ ਰੁਪਏ ਦੇ ਵਾਧੇ ਨਾਲ ਕੁੱਲ 1957.64 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾਗਾ ਅਗਲੀ ਖਬਰ ਹੈ ਉਹ ਸਾਰੀ ਮਜ਼ਦੂਰਾਂ ਨੂੰ ਮਾਨ ਸਰਕਾਰ ਦਾ ਦਿਵਾਲੀ ਤੇ ਤੋਹਫਾ ਜਾਣੋਂ ਤਨਖਾਹ ਦੇ ਵਿੱਚ ਕਿੰਨੇ ਫੀਸਦ ਕੀਤਾ ਵਾਦਾ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਉਹ ਦਿਨ ਰਾਤ ਮਿਹਨਤ ਕਰ ਰਹੇ ਪੰਜਾਬ ਦੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਉਹ ਸਾਰੀ ਮਜ਼ਦੂਰਾਂ ਦੇ ਲਈ ਅੱਜ ਇੱਕ ਖੁਸ਼ ਖਬਰੀ ਸਾਂਝੀ ਕੀਤੀ ਹੈ ਰਜਿਸਟਰਡ ਉਹ ਸਾਰੀ ਮਜ਼ਦੂਰਾਂ ਨੂੰ ਘੱਟੋ ਘੱਟ ਮਹੀਨਾ ਬਾਅਦ ਆਮਦਨ ਦੇ ਵਿੱਚ ਵਾਦਾ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਹੱਥਾਂ ਦੇ ਵਿੱਚ ਹੋਵੇ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਨਵੀਂ ਖਬਰ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਬਹੁਤ ਬਹੁਤ ਧੰਨਵਾਦ